ਸਜਰੀਏ ਗਾਲ ਦੋਸਤੋ ਮੈਂ ਜਰਨਜੀਤ ਸਿੰਘ ਉਪਲ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਜਿਆਦਾ ਵੱਡੀ ਪਰੇਸ਼ਾਨੀ ਜਿਕਰ ਜ਼ਮੀਂਦਾਰਾਂ ਦੇ ਸਾਹਮਣੇ ਆ ਕੇ ਖਲੋਤੀ ਜੀ ਤੇ ਉਹ ਇਹ ਹੈ ਕਿ ਪੱਠੇ ਜਿਹੜੇ ਆਪਾਂ ਬੀਜੇ ਨੇ ਪਸ਼ੂਆਂ ਨੂੰ ਪਾਉਣ ਦੇ ਵਾਸਤੇ ਜਾਂ ਫਿਰ ਤੁਸੀਂ ਮੱਕੀ ਦੀ ਬਜਾਈ ਕੀਤੀ ਹੈ ਆਚਾਰ ਪਾਉਣ ਦੇ ਲਈ ਸਾਈਲਜ ਪਾਉਣ ਦੇ ਲਈ ਇਹ ਡੜੀਆਂ ਚੀਜ਼ਾਂ ਨੇ ਛੇਤੀ ਵੱਧਦੀਆਂ ਨਹੀਂ ਗਈਆਂ ਇਹਨਾਂ ਦੀ ਗਰੋਥ ਜਿਹੜੀ ਅੜ ਜਾਂਦੀ ਏ ਛੇਤੀ ਤਿਆਰ ਨਹੀਂ ਹੁੰਦੀਆਂ ਜਿਕਰ ਤੁਸੀਂ ਆਚਾਰ ਪਾਉਣਾ ਹੈ ਤੇ ਉਹ ਜਿਹੜੀ ਤੁਹਾਡੀ ਮੱਕੀ ਵੀ ਬੜਾ ਜ਼ਿਆਦਾ ਟਾਈਮ ਲੈਂਦੀ ਏ ਤੇ ਜਿਕਰ ਤੁਸੀਂ ਵੈਸੀ ਬਾਜਰਾ ਬੀਜੇ ਹੈ ਚਰੀ ਬੀਜੇ ਇਹ ਜਵਾਰ ਬੀਜੀਏ ਜਾਂ ਹੋਰ ਕੋਈ ਵੀ ਫਸਲ ਬੀਜੀਏ ਹਰੇ ਚਾਰੇ ਦੇ ਵਾਸਤੇ ਤੇ ਇਹ ਜਿਹੜੇ ਆਪਣੇ ਚਾਰੇ ਨੇ ਛੇਤੀ ਵਧਣ ਦਾ ਨਾਂ ਹੀ ਨਹੀਂ ਲੈਂਦੇ ਜਿਹਦੇ ਕਾਰਨ ਬੜੇ ਜ਼ਿਆਦੇ ਜ਼ਿਮੀਦਾਰ ਯੂਰੀਆ ਦੇ ਤੋੜੇ ਉਹਨਾਂ ਦੇ ਸਹਰਾਣੇ ਖੋਲ ਹੀ ਜਾਂਦੇ ਨੇ ਬਹੁਤ ਜ਼ਿਆਦੀ ਯੂਰੀਆ ਪੌਣੀ ਜਿਹੜੀ ਇਹ ਉਹ ਆਪਣੇ ਪਸ਼ੂਆਂ ਦੇ ਵਾਸਤੇ ਵੀ ਤੁਸੀਂ ਜਾਣਦੇ ਹੋ ਕਿ ਨੁਕਸਾਨਦਾਇਕ ਹੁੰਦੀ ਏ ਤੇ ਜਾਦੀ ਜ਼ੂਰੀਆ ਪਾਉਣ ਦੇ ਨਾਲ ਵੀ ਤੁਹਾਡੇ ਪੱਠੇ ਜਿਹੜੇ ਆ ਉਹ ਛੇਤੀ ਤਿਆਰ ਨਹੀਂ ਹੁੰਦੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਦਾਂ ਦਾ ਤਰੀਕਾ ਦੱਸੂਗਾ ਜੇਕਰ ਤੁਸੀਂ ਇਸ ਫਾਰਮੂਲੇ ਨੂੰ ਪੱਠਿਆਂ ਦੇ ਉੱਤੇ ਖਾਸ ਕਰਕੇ ਮੱਕੀ ਹੈ ਤੁਹਾਡੀ ਜਾਂ ਫਿਰ ਜਵਾਰ ਹੈ ਜਾਂ ਬਾਜਰਾ ਹੈ ਇਨ੍ਹਾਂ ਚੀਜ਼ਾਂ ਦੇ ਉੱਤੇ ਵਰਤ ਦਿਓ ਤਾਂ ਤਿੰਨ ਗੁਣਾ ਜ਼ਿਆਦਾ ਸਪੀਡ ਦੇ ਨਾਲ ਤੁਹਾਡੀਆਂ ਇਹ ਜੜੀਆਂ ਚੀਜ਼ਾਂ ਨੇ ਤਿਆਰ ਹੋ ਜਾਣਗੀਆਂ ਮੰਨ ਕੇ ਚੱਲੋ ਜਿੱਥੇ ਤੁਹਾਡੇ ਚਾਰੇ ਵਾਲੀਆਂ ਫਸਲਾਂ ਨੇ 70 ਦਿਨ ਦੇ ਵਿੱਚ ਤਿਆਰ ਹੋਣਾ ਹੈ ਉੱਥੇ ਇਹ ਜੜੀਆਂ ਤੁਹਾਡੀਆਂ 50 ਦਿਨ ਦੇ ਵਿੱਚ ਤਿਆਰ ਹੋ ਜਾਣਗੀਆਂ 20 ਦਿਨ ਪਹਿਲਾਂ ਤੁਹਾਨੂੰ ਇਹਦਰੀਆਂ ਚੀਜ਼ਾਂ ਤੁਹਾਡੀਆਂ ਫਸਲਾਂ ਨੇ ਤਿਆਰ ਮਿਲ ਜਾਣਗੀਆਂ ਸੋ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਿਓ ਚੈਨਲ ਨੂੰ ਜੇਕਰ ਹਾਲੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਸਕਦੇ ਜੀ ਤਾਂ ਜੋ ਆਉਣ ਵਾਲੇ ਸੀਜ਼ਨ ਦੇ ਨਾਲ ਰਿਲੇਟਡ ਜਿੰਨੀਆਂ ਵੀ ਵੀਡੀਓ ਨੇ ਉਹ ਬਿਲਕੁਲ ਸਮੇਂ ਸਿਰ ਟਾਈਮ ਸਿਰ ਤੁਹਾਡੇ ਤੱਕ ਫਰੀ ਦੇ ਵਿੱਚ ਪਹੁੰਚਦੀਆਂ ਰਹਿਣਾ ਦੋਸਤੋ ਵੇਖੋ ਸਭ ਤੋਂ ਪਹਿਲੇ ਨੰਬਰ ਤੇ ਜੇਕਰ ਤੁਸੀਂ ਟੋਟਲ ਦਵਾਈ ਦੀ ਵਰਤੋਂ ਕੀਤੀ ਹੈ ਜਾਂ ਫਿਰ ਤੁਸੀਂ ਲੀਡਰ ਦਵਾਈ ਦੀ ਵਰਤੋਂ ਕੀਤੀ ਹੈ ਕਣਕ ਦੇ ਵਿੱਚ ਨਦੀਨ ਮਾਰਨ ਦੇ ਵਾਸਤੇ ਜਾਂ ਫਿਰ ਤੁਸੀਂ ਸੰਕੋਰ ਦਵਾਈ ਦੀ ਵਰਤੋਂ ਕੀਤੀ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਜੇਕਰ ਤੁਸੀਂ ਪਾਈਆਂ ਨੇ ਤਾਂ ਆਪਾਂ ਨੂੰ ਪੱਠਿਆਂ ਦੇ ਵਿੱਚ ਜਾਂ ਮੱਕੀ ਦੇ ਵਿੱਚ ਕੁਝ ਖਾਸ ਖਿਆਲ ਰੱਖਣਾ ਪਵੇਗਾ ਤਾਂ ਜਾ ਕੇ ਤੁਹਾਡੇ ਪੱਠੇ ਤਿਆਰ ਹੋਣਗੇ ਨਹੀਂ ਤਾਂ ਫਿਰ ਇਹ ਜਿਹੜੀ ਦਵਾਈ ਹੈ ਇਹ ਜਿਹੜੇ ਸਾਲਟ ਨੇ ਇਹ ਮੱਕੀ ਦੇ ਵਾਸਤੇ ਚਰੀ ਦੇ ਵਾਸਤੇ ਬਾਜਰੇ ਦੇ ਵਾਸਤੇ ਇਹ ਦੁਸ਼ਮਣ ਹੁੰਦੇ ਨੇ ਇਹ ਇਨਾ ਅਨੁਛੇਤੀ ਤਿਆਰ ਨਹੀਂ ਹੋਣ ਦਿੰਦੇ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਬਜਾਈ ਕਰਨਾ ਹੈ ਬੀਜ ਤਾ ਪ੍ਰਤੀ 20 ਕਿਲੋ ਬੀਜ ਦੇ ਹਿਸਾਬ ਦੇ ਨਾਲ ਤੁਸੀਂ 20 ml ਜੇਕਰ ਤੁਹਾਨੂੰ ਲਿਕਵਿਡ ਵਾਲਾ ਹਿਊਮਿਕ ਐਸਿਡ ਮਿਲਦਾ ਹੈ ਤਾਂ 20 ml ਤੁਸੀਂ ਲੈਣਾ ਹੈ ਤੇ ਜੇਕਰ ਤੁਹਾਨੂੰ ਠੋਸ ਮਿਲਦਾ ਹੈ ਦਾਣੇਦਾਰ ਮਿਲਦਾ ਹੈ ਤੇ ਉਹ ਤੁਸੀਂ ਲੈਣਾ ਹੈ 50 ਗ੍ਰਾਮ ਉਸ 50 ਗ੍ਰਾਮ ਨੂੰ ਤੁਸੀਂ 1 ਲੀਟਰ ਪਾਣੀ ਦੇ ਵਿੱਚ ਪਾ ਕੇ ਜਾਂ ਫਿਰ 20 ml ਜਿਹੜਾ ਤੁਹਾਡਾ ਹਿਊਮਿਕ ਐਸਿਡ ਹੈ ਦੋਵਾਂ ਦੇ ਵਿੱਚੋਂ ਕਿਸੇ ਵੀ ਇੱਕ ਨੂੰ 1 ਲੀਟਰ ਪਾਣੀ ਦੇ ਵਿੱਚ ਤੁਸੀਂ ਪਾ ਕੇ ਚੰਗੀ ਤਰ੍ਹਾਂ ਘੋਲ ਕੇ ਉਸ 20 ਕਿਲੋ ਬੀ ਨੂੰ ਤੁਸੀਂ ਲਾ ਦੇਣਾ ਹੈ ਸ਼ਾਂ ਵਾਲੀ ਥਾਂ ਦੇ ਉੱਤੇ ਤੁਸੀਂ ਇੱਕ ਘੰਟਾ ਉਹ ਜਿਹੜਾ ਬੀਜ ਰਹਿਣ ਦੇਣਾ ਹੈ ਬਜਾਈ ਕਰਨ ਸਮੇਂ ਜੇਕਰ ਤੁਸੀਂ ਬੀਜ ਨੂੰ ਹਿਊਮਿਕ ਐਸਿਡ ਲਾ ਕੇ ਬਜਾਈ ਕਰਦੇ ਹੋ ਤਾਂ 7-8 ਦਿਨਾਂ ਦੀ ਖਰਾਕ ਬੀਜ ਦੇ ਕੋਲ ਐਕਸਟਰਾ ਹੋ ਜਾਂਦੀ ਏ ਜੇਕਰ ਤੁਹਾਡੀ ਜ਼ਮੀਨ ਦੇ ਵਿੱਚ ਕੋਈ ਹਰਬੀ ਸਾਈਡ ਵੀ ਤੁਸੀਂ ਕੀਤਾ ਹੈ ਜਾਂ ਫਿਰ ਜ਼ਮੀਨ ਮਾੜੀ ਏ ਜਾਂ ਪਾਣੀ ਮਾੜਾ ਏ ਤਾਂ ਵੀ ਤੁਹਾਡੇ ਚਾਰੇ ਜਿਹੜੇ ਨੇ ਤੁਹਾਡੇ ਪੱਠੇ ਜਿਹੜੇ ਨੇ ਅੜਦੇ ਨਹੀਂਗੇ ਬਹੁਤ ਛੇਤੀ ਉਹਨਾਂ ਦੇ ਜਿਹੜੇ ਵਾਲੇ ਨੇ ਬਾਹਰ ਨਿਕਲ ਆਉਂਦੇ ਨੇ ਤੇ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨਾਂ ਦੀ ਗਰੋਥ ਦੇ ਵਿੱਚ ਕੋਈ ਰੁਕਾਵਟ ਜਿਹੜੀ ਆਪਾਂ ਨੂੰ ਵੇਖਣ ਨੂੰ ਨਹੀਂ ਮਿਲਦੀ। ਬਜਾਈ ਸਮੇਂ ਤੁਸੀਂ ਤਿੰਨ ਤੋੜੇ ਸਿੰਗਲ ਸੁਪਰ ਫਾਸਫੇਟ ਦੇ ਲਾਜ਼ਮੀ 1 ਕਿੱਲੇ ਦੇ ਵਿੱਚ ਪਾਉਣੇ ਨੇ ਤੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਜਦੋਂ ਵੀ ਤੁਸੀਂ ਚਾਰੇ ਨੂੰ ਪੱਠਿਆਂ ਨੂੰ ਪਹਿਲਾਂ ਪਾਣੀ ਲਾਉਣਾ ਹੈ ਜਾਂ ਮੱਕੀ ਨੂੰ ਲਾਉਣਾ ਹੈ ਪਾਣੀ ਤਾਂ ਉਹਦੇ ਤੋਂ ਪਹਿਲਾਂ 100 ਗ੍ਰਾਮ ਫੈਰਸ ਸਲਫੇਟ ਲੋਹਾ ਤੁਸੀਂ ਲੈਣਾ ਹੈ ਤੇ ਇਹਦੇ ਨਾਲ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਲੈਣੀ ਹੈ ਚਿਲੇਟਡ ਜ਼ਿੰਕ ਦੋਹਾਂ ਚੀਜ਼ਾਂ ਨੂੰ 100 ਲੀਟਰ ਪਾਣੀ ਦੇ ਨਾਲ ਇੱਕ ਕਿੱਲੇ ਦੇ ਉੱਤੇ ਸਪਰੇਅ ਕਰ ਦੇਣੀ ਹੈ ਤੇ ਸਪਰੇਅ ਕਰਨ ਤੋਂ ਦੂਸਰੇ ਤੀਸਰੇ ਦਿਨ ਬਾਅਦ ਦੇ ਵਿੱਚ ਤੁਸੀਂ ਪੱਠਿਆਂ ਨੂੰ ਪਾਣੀ ਲਾਉਣਾ ਹੈ ਕਦੇ ਵੀ ਇਹ ਸਪਰੇਅ ਕਰਨ ਤੋਂ ਬਗੈਰ ਤੁਸੀਂ ਚਾਰੇ ਨੂੰ ਪੱਠਿਆਂ ਨੂੰ ਪਾਣੀ ਨਹੀਂ ਲਾਉਣਾ ਹੁਣ ਜਿਹੜੇ ਜਿਨ੍ਹਾਂ ਨੇ ਹਿਊਮਿਕ ਐਸਿਡ ਲਾ ਕੇ ਵੀ ਬਜਾਈ ਨਹੀਂ ਕੀਤੀ ਜਿਨ੍ਹਾਂ ਨੇ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਵੀ ਨਹੀਂ ਕੀਤੀ ਤਾਂ ਤੁਸੀਂ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ 10 ਕਿਲੋ ਮੈਗਨੀਸ਼ੀਅਮ ਸਲਫੇਟ ਜਿਹੜਾ ਕਾਜੂਰੀਆ ਜਦੋਂ ਤੁਸੀਂ ਪਾਉਣੀ ਹੈ ਤੇ ਉਹਦੇ ਨਾਲ ਲਾਜ਼ਮੀ ਪਾਉਣਾ ਹੈ ਤੇ ਜਿਹੜੀ ਸਭ ਤੋਂ ਅੱਡੀ ਜਿਹੜਾ ਮੇਨ ਆਪਣਾ ਫਾਰਮੂਲਾ ਜਿਹੜਾ ਤੁਸੀਂ ਵਰਤਣਾ ਹੈ ਕਿ 5 ਤੋਂ 6 ਸੁੱਕੀਆਂ ਪਾਥੀਆਂ ਲੈਣੀਆਂ ਨੇ ਤੁਸੀਂ ਤੇ ਉਹਨਾਂ ਨੂੰ ਲਗਭਗ 10 ਤੋਂ 12 ਲੀਟਰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੈ 2-3 ਦਿਨ ਤੁਸੀਂ ਇਹਨਾਂ ਨੂੰ ਪਿਆ ਰਹਿਣ ਦੇਣਾ ਹੈ ਜੇਕਰ 24 ਘੰਟੇ ਬਾਅਦ ਵੀ ਕਰਦੇ ਹੋਗੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਗਈ ਮੁਸ਼ਕਲ ਨਹੀਂ ਗਈ ਪਰ ਜੇਕਰ 2 ਦਿਨ ਤੁਸੀਂ ਪਿਆ ਰਹਿਣ ਦਿੰਦੇ ਹੋ ਤਾਂ ਬੜੀ ਵਧੀਆ ਗੱਲ ਹੈ 2 ਦਿਨ ਰੱਖਣ ਤੋਂ ਬਾਅਦ ਦੇ ਵਿੱਚ ਪਾਥੀਆਂ ਨੂੰ ਤੁਸੀਂ ਬਾਹਰ ਕੱਢ ਦੇਣਾ ਹੈ ਤੇ ਉਹ ਜਿਹੜਾ ਤੁਹਾਡਾ 10-12 ਲੀਟਰ ਪਾਣੀ ਹੈ ਜੇਕਰ ਤੁਹਾਡੇ ਪੱਠੇ 15-20 ਦਿਨਾਂ ਤੋਂ ਛੋਟੇ ਨੇ ਤਾਂ ਦੋਹਾਂ ਕਿੱਲਿਆਂ ਦੇ ਉੱਤੇ 12 ਲੀਟਰ ਪਾਣੀ ਦੀ ਸਪਰੇਅ ਕਰਨੀ ਹੈ ਬਾਕੀ ਹੋਰ ਪਾਣੀ ਨਾਲ ਲੈ ਕੇ ਤੇ ਜੇਕਰ 20 ਦਿਨਾਂ ਤੋਂ ਵੱਡੇ ਤੁਹਾਡੇ ਪੱਠੇ ਨਹੀਂ ਤਾਂ ਸਵਾ ਕਿੱਲੇ ਤੋਂ ਲੈ ਕੇ ਇਹ ਡੇਢ ਕਿੱਲੇ ਦੇ ਵਿੱਚ ਉਹ ਜਿਹੜਾ 12 ਲੀਟਰ ਪਾਣੀ ਹੈ 100 ਲੀਟਰ ਪਾਣੀ ਉਹਦੇ ਨਾਲ ਹੋਰ ਮਿਲਾ ਕੇ ਤੁਸੀਂ ਸਪਰੇ ਜਿਹੜੀ ਹੈ ਚਾਰੇ ਦੇ ਉੱਤੇ ਮੱਕੀ ਦੇ ਉੱਤੇ ਜਾਂ ਹੋਰ ਕਿਸੇ ਵੀ ਰਕਮ ਦੇ ਚਾਰੇ ਦੇ ਉੱਤੇ ਕਰ ਦੇਣੀ ਹੈ ਤੁਹਾਡੇ ਪੱਠੇ ਜਿਹੜੇ ਨੇ ਬੜੀ ਛੇਤੀ ਵਧਨੇ ਸਟਾਰਟ ਹੋ ਜਾਣਗੇ ਜੇਕਰ ਤੁਸੀਂ ਇਹ ਖੇਚਲ ਵੀ ਨਹੀਂ ਕਰਨਾ ਚਾਹੁੰਦੇ ਤੁਸੀਂ ਬਾਥੀਆਂ ਨੂੰ ਭੋਂ ਕੇ ਸਪਰੇ ਨਹੀਂ ਕਰਨੀ ਤਾਂ ਮਾਰਕੀਟ ਦੇ ਵਿੱਚ ਤੁਸੀਂ ਜਾਣਾ ਹੈ ਉੱਥੇ ਤੁਹਾਨੂੰ 0.001% ਵਾਲਾ ਜਬਰੇਲੀਕ ਐਸਿਡ ਮਿਲ ਜਾਊਗਾ ਉਹ ਤੁਸੀਂ ਲੈ ਆਉਣਾ ਤੇ ਅੱਧਾ ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਉਹਦੀ ਸਪਰੇ ਜੜੀ ਆ ਤੁਸੀਂ ਪੱਠਿਆਂ ਦੇ ਉੱਤੇ ਕਰ ਦੇਣੀ ਏ ਤਿੰਨ ਸਪਰੇਆਂ ਉਹਦੀਆਂ ਤੁਸੀਂ ਕਰਨੀਆਂ ਨੇ ਤੇ ਬਾਕੀ ਪੱਠਿਆਂ ਦੇ ਮੁਕਾਬਲੇ ਇਹ ਜਿਹੜੇ ਤੁਹਾਡੇ ਪੱਠੇ ਨੇ ਤਿੰਨ ਗੁਣਾ ਜ਼ਿਆਦਾ ਸਪੀਡ ਦੇ ਨਾਲ ਤੁਹਾਨੂੰ ਵੱਧ ਕੇ ਛੇਤੀ ਪ੍ਰਾਪਤ ਹੋ ਜਾਣਗੇ ਜਬ੍ਰੈਲਿਕ ਐਸਿਡ ਜਿਹੜਾ ਹੁੰਦਾ ਹੈ ਚਾਰੇ ਨੂੰ ਵਧਾਉਣ ਦੇ ਵਾਸਤੇ ਇੰਨੀ ਕੁ ਜ਼ਿਆਦੀ ਵਧੀਆ ਚੀਜ਼ ਹੈ ਕਿ ਇਹਦੇ ਤੋਂ ਇਲਾਵਾ ਤੁਸੀਂ ਜਿੰਨੀਆਂ ਮਰਜ਼ੀ ਹੋਰ ਸਪ੍ਰੇਆਂ ਕਰੀ ਜਾਓ ਜਿੱਥੇ ਤੁਸੀਂ ਜਬ੍ਰੈਲਿਕ ਐਸਿਡ ਦੀ ਸਪ੍ਰੇ ਕਰਨ ਲੱਗ ਜਾਓਗੇ ਉੱਥੇ ਤੁਹਾਨੂੰ ਰਿਜ਼ਲਟ ਜਿਹੜੇ ਆ ਕੁਝ ਫਿਰ ਵੱਖਰੇ ਹੀ ਵੇਖਣ ਨੂੰ ਮਿਲਣਗੇ ਬਸ ਧਿਆਨ ਆਪਾਂ ਇਹਦੇ ਵਿੱਚ ਇਹ ਰੱਖਣਾ ਹੈ ਕਿ ਆਪਾਂ ਸਵੇਰ ਦੇ ਸਮੇਂ ਬਿਲਕੁਲ ਸੂਰਜ ਨਿਕਲਣ ਤੋਂ ਪਹਿਲਾਂ ਸਪ੍ਰੇ ਕਰ ਦੇਣੀ ਹੈ ਤੇ ਜਾਂ ਫਿਰ ਤੁਸੀਂ ਸ਼ਾਮ ਨੂੰ ਕਰਨੀ ਹੈ ਜਦੋਂ ਸੂਰਜ ਢਲ ਜਾਵੇ ਇਹ ਜਿਹੜੇ ਕੰਮ ਮੈਂ ਤੁਹਾਨੂੰ ਦੱਸੇ ਨੇ ਖਾਸ ਕਿ ਜੁਬ੍ਰੈਲੀਕ ਐਸਿਡ ਵਾਲਾ ਜਿਹੜਾ ਫਾਰਮੂਲਾ ਹੈ ਜੇਕਰ ਇਹਨਾਂ ਦੀ ਤੁਸੀਂ ਵਰਤੋਂ ਕਰਦੇ ਹੋ ਤਾਂ ਤੁਹਾਡਾ ਚਾਰਾ ਜਿਹੜਾ ਦਿਨਾਂ ਦੇ ਵਿੱਚ ਵੱਧ ਜਾਊਗਾ ਬਾਕੀ ਤੁਸੀਂ ਛੱਡ ਕੇ ਵੀ ਏਰੀਆ ਜਿਹੜਾ ਕੁਝ ਵੇਖ ਲਿਓ ਜੀ ਜਿਹਦੇ ਉੱਤੇ ਤੁਸੀਂ ਇਹ ਜਿਹੜੇ ਤਰੀਕੇ ਵਰਤੋਗੇ ਉਹ ਤੁਹਾਡਾ ਜਿਹੜਾ ਚਾਰਾ ਏ ਤਿੰਨ ਗੁਣਾ ਜ਼ਿਆਦਾ ਸੋਹਣਾ ਤਿੰਨ ਗੁਣਾ ਜ਼ਿਆਦਾ ਛੇਤੀ ਬਾਕੀ ਤੁਹਾਡੇ ਚਾਰੇ ਦੇ ਨਾਲੋਂ ਇਹ ਜਿਹੜਾ ਚਾਰਾ ਏ ਤਿਆਰ ਹੋ ਜਾਊਗਾ ਇਹਦੇ ਵਿੱਚ ਬਿਲਕੁਲ ਨਿਊਟ੍ਰੀਐਂਟ ਜਿਹੜੇ ਨੇ ਇੱਕ ਬੈਲੈਂਸ ਮਾਤਰਾ ਦੇ ਵਿੱਚ ਹੋਣਗੇ ਤੁਸੀਂ ਜਰੂਰ ਇਹ ਜਿਹੜੇ ਫਾਰਮੂਲੇ ਮੈਂ ਤੁਹਾਨੂੰ ਦੱਸੇ ਨੇ ਇਹਨਾਂ ਦੀ ਵਰਤੋਂ ਕਰਿਓ ਜੇ ਜੇਕਰ ਚਾਰੇ ਦੀ ਬਜਾਈ ਤੁਸੀਂ ਕੀਤੀ ਹੈ ਜਾਂ ਮੱਕੀ ਦੀ ਕੀਤੀ ਹੈ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਅੱਗੇ ਤੋਂ ਅੱਗੇ ਸ਼ੇਅਰ ਵੀ ਜਰੂਰ ਕਰਨਾ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿਦਲੋਂ ਬਹੁਤ-ਬਹੁਤ ਧੰਨਵਾਦ